हेलो एवरीबॉडी सस्क्रिकाल नमस्ते अस्सलाम वालेकुम वेलकम टू माय शो रिदम ऑफ हीलिंग मैं थोड़ी अपनी डॉक्टर बीबा सिंह अ तन्नू पता ही है कि मैं एक डॉक्टर भी हां एक नल दे नाल सिंगर भी हां और साडे शो दे उते assi गल करंगे हीलिंग दे बारे म्यूजिक दे बारे कुकिंग मेकअप ब्यूटी सारा कुछ लाइफ दे बारे सो ਅਸੀਂ ਅੱਜ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਤੇ ਔਰ ਬਹੁਤ ਹੀ ਅੱਛੇ ਔਰ ਇੰਪੋਰਟੈਂਟ ਗੈਸ ਨਾਲ ਗੱਲ ਕਰਨ ਜਾ ਰਹੇ ਹਾਂ ਅਸੀਂ ਅੱਜ ਇੱਕ ਗੱਲ ਕਰਾਂਗੇ ਇੱਕ ਡਾਕਟਰ ਨਾਲ ਜੋ ਮੈਨਸ ਸੈਕਸ਼ੂਅਲ ਐਂਡ ਰੀਪਰੋਡਕਟਿਵ ਇਸ਼ੂਸ ਦੇ ਉੱਤੇ ਟ੍ਰੀਟ ਕਰਦੇ ਨੇ ਔਰ ਔਰ ਵਿਮਨਸ ਇਸ਼ੂਸ ਦੇ ਉੱਤੇ ਵੀ ਜੋ ਬਲੈਡਰ ਯੂਰੀਨਰੀ ਇਸ਼ੂਸ ਕਿਡਨੀ ਇਸ਼ੂਸ ਦੇ ਉੱਤੇ ਔਰ ਉਹ ਮੇਰੇ ਗੈਸ ਜੋ ਹੈਗੇ ਨੇ ਇੱਕ ਸਪੈਸ਼ਲ ਗੈਸਟ ਹੈਗੇ ਨੇ ਡਾਕਟਰ ਜਸਪ੍ਰੀਤ ਸਿੰਘ ਔਰ ਵੈਲਕਮ ਡਾਕਟਰ ਸਿੰਘ डॉक्टर सिंह एक बहुत ही वैल नोन यूरोलॉजिस्ट ने सा कम्यूनिटी उन्होंने प्रैक्टिस प्रीमियर मैडिकल ग्रुप हैगी है इन हटसन वैली जो सा सिटी तो एक घंटा दूर है एंड मैं ऑडियंस और व्यूअर्स सावरस यूरोलॉजी के बारे दसना चाहिए बिकॉज बहुत सारे लोगों ही नहीं पता कि यूरोलॉजिस्ट हों की है करते की ने यूरोलॉजिस्ट सो डॉक्टर सिंह ਪਹਿਲੀ ਗੱਲ ਤੇ ਮੈਂ ਦੱਸਣਾ ਚਾਹਾਂਗੀ ਕਿ ਡਾਕਟਰ ਸਿੰਘ ਮੈਨੂੰ ਬਚਪਨ ਤੋਂ ਜਾਣਦੇ ਨੇ ਅਸੀਂ ਪੰਗੜਾ ਕਲਾਸ ਕਰਦੇ ਰਹਿਆ ਬਚਪਨ ਚ ਆਰ ਹੁਣ ਉਹਨੇ ਸਕਸੈਸਫੁਲ ਹੋਰ ਵੱਡੇ ਡਾਕਟਰ ਨੇ ਮੈਂ ਬਹੁਤ ਖੁਸ਼ ਆਂ ਬਹੁਤ ਪ੍ਰਾਊਡ ਆ ਹਾਂ ਉਹਨਾਂ ਦੇ ਉੱਤੇ ਕਿ ਇਸ ਤਰ੍ਹਾਂ ਮਤਲਬ ਉਹਨਾਂ ਨੇ ਅੰਨੀ ਸਕਸੈਸ ਲੈ ਕੇ ਆਏ ਨੇ ਬਟ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਤੁਸੀਂ ਪਹਿਲਾਂ ਤੇ ਆਪਣੀ ਖੁਦ ਇੰਟਰੋਡਕਸ਼ਨ ਠੀਕ ਤਰ੍ਹਾਂ ਦਿਓ ਨਹੀਂ ਨਹੀਂ ਥੈਂਕ ਯੂ ਫॉर ਇਨਵਾਈਟਿੰਗ ਇਹ ਟਾਪਿਕ ਜਿਸ ਨਾਲ ਤੁਸੀਂ ਕਿਹਾ ਕਾਫੀ ਇੰਪੋਰਟੈਂਟ ਹੈਗਾ ਹੈ ਤੇ ਅਸੀਂ ਆਪਣੇ ਆਪ ਨੂੰ ਬਚਪਨ ਤੋਂ ਜਰੂਰ ਜਾਣਦੇ ਹੈਗੇ ਆ ਆ ਦੋਨੋਂ ਕਾਫੀ ਸਕਸੈਸਫੁਲ ਡਾਕਟਰ ਬਣ ਗਏ ਆ ਤੇ ਤੁਹਾਨੂੰ ਵੀ ਕੰਗratulations ਆਪਣੇ ਸ਼ੋਅ ਤੇ ਥੈਂਕ ਯੂ ਤੇ ਯੂ ਆ ਰਾਈਟ ਮੈਨੂੰ ਅਗਨੇ ਕੋਈ 10 ਸਾਲ ਹਟਸਨ ਵੈਲੀ ਤੇ ਪ੍ਰੈਕਟਿਸ ਹੈਗੀ ਹੈ ਮੇਨਲੀ ਤੋਂ ਕੰਟਾਕੂ ਹੈਗਾ ਸਿਟੀ ਤੋਂ ਤੇ ਸਾਨੂੰ ਹੋ ਗਿਆ ਜੋ ਸਕੂਲਿੰਗ ਕੀਤੀ ਸੀ ਸਾਰੇ ਯੂਐਸ ਤੋਂ ਕੀਤੀ ਸੀਗੀ ਕਾਲਜ ਵੀ ਸਾਰੇ ਬਚਪਨ ਤੋਂ ਇੱਥੇ ਇੱਥੇ ਰਹੇ ਹੈਗੇ ਆ ਨਿਊ ਜਰਸੀ ਏਰੀਆਜ਼ ਨਿਊਯਾਰਕ ਸਿਟੀ ਏਰੀਆਜ਼ ਤੇ ਟ੍ਰੇਨਿੰਗ ਕਰਕੇ ਫਿਲਡਲਫੀਆ ਤੋਂ ਵਾਪਸ ਮਿਡਹਸਨ ਵੈਲੀ ਦਾਸਾਲ ਕੁ ਹੋ ਗਏ ਨੇ ਤੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀਗੇ ਯੂਰੋਲੋਜੀ ਹੈਗੀ ਕਾਫੀ ਸੈਂਸਿਟਿਵ ਟਾਪਿਕ ਹੈਗਾ ਜੋ ਅਸੀਂ ਡਿਸਕਸ ਕਰਾਂਗੇ ਅੱਜ ਤੇ ਆਡੀਅנס ਵਾਸਤੇ ਵੀ ਕਾਫੀ ਮੇਰੇ ਖਿਆਲ ਇੰਪੋਰਟੈਂਟ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਤੇ ਸਿੱਖਣਗੇ ਐਂਡ ਦਾ ਥੈਂਕ ਯੂ ਫॉर ਹੈਵਿੰਗ ਮੀ ਡਾਕਟਰ ਜਸਪ੍ਰੀਤ ਸਿੰਘ ਤੁਸੀਂ ਬਹੁਤ ਵਧੀਆ ਪੰਜਾਬੀ ਬੋਲ ਰਹੇ ਹੋ ਮੈਂ ਆਪਣੇ ਈਵਰਸ ਨੂੰ ਹਮੇਸ਼ਾ ਐਪੀਸੋਡਸ ਚ ਦੱਸ ਦਿਆਂ ਕਿ ਮੈਂ ਇੱਥੇ ਦੀ ਬੌਰਨ ਹੈਗੀ ਆ ਨਿਊਯਾਰਕ ਵਿੱਚ ਡਾਕਟਰ ਸਿੰਘ ਜਸਪ੍ਰੀਤ ਸਿੰਘ ਆਲਸੋ ਬਹੁਤ ਛੋਟੇ ਸੀ ਜਦੋਂ ਅਮਰੀਕਾ ਆਏ ਸੀ ਤੇ ਅਸੀਂ ਇੱਥੋਂ ਦੇ ਰੇਸਡ ਬੱਚੇ ਆ ਸੋ ਸਾਨੂੰ ਅਗਰ ਕੋਈ ਗਲਤੀ ਹੋਏ ਪੰਜਾਬੀ ਚ ਸਾਨੂੰ ਮਾਫ ਕਰਨਾ ਬਟ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਆ ਕਿ ਆਪਣਾ ਕਲਚਰ ਔਰ ਆਪਣੀ ਲੈਂਗੁਏਜ ਨੂੰ ਅਲਾਈਵ ਰੱਖੀਏ ਸੋ ਤੁਸੀਂ ਸਾਨੂੰ ਇਹ ਦੱਸੋ ਪਹਿਲੀ ਗੱਲ ਕਿ ਯੂਰੋਲੋਜੀ ਹੁੰਦੀ ਕੀ ਹੈ ਯੂਰੋਲੋਜਿਸਟ ਕੀ ਹੁੰਦਾ ਹੈ ਕਾਫੀ ਅੱਛਾ ਕੁਐਸਚਨ ਹੈ ਸਵਾਲ ਜੋ ਤੁਸੀਂ ਪੁੱਛਿਆ ਹੈ ਜੋ ਆਮ ਮਰੀਜ਼ ਹੁੰਦੇ ਨੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਯੂਰੋਲੋਜਿਸਟ ਹੁੰਦਾ ਕੀ ਹੈਗਾ ਜਦ ਤੱਕ ਕੋਈ ਲੋੜ ਨਹੀਂ ਹੁੰਦੀ ਯੂਰੋਲੋਜਿਸ ਦੀ ਆਮ ਜੋ ਕਾਮਨ ਕੰਡੀਸ਼ਨਸ ਜੋ ਅਸੀਂ ਯੂਰੋਲੋਜਿਸਟ ਟਰੀਟ ਕਰਦੇ ਆ ਗਿਆਂ ਉਹ ਹੋਗੇ ਜੋ ਕਿਡਨੀ ਦੀ ਪ੍ਰੋਬਲਮ ਹੋ ਗਿਆ ਕਿਡਨੀ ਸਟੋਨਸ ਹੋ ਗਏ ਆ ਜੋ ਵੀ ਕੋਈ ਸਰਜਰੀ ਸਰਜਿਕਲ ਇੰਟਰਵੈਂਸ਼ਨਸ ਉਹਨੇ ਆਮ ਵੀ ਹੁੰਦੇ ਨੇ ਕਿਡਨੀ ਡਾਕਟਰ ਜੋ ਨੈਫਰੋਲੋਜਿਸਟ ਹੁੰਦੇ ਨੇ वो मेडिकल केयर करते हैं जो डायलिसिस वगैरह का काम करते हैं जो यूरोलॉजिस्ट होते हैं वो सर्जनस होंगे किडनी कैंसर हो गया किडनी स्टोनस हो गया उस तो अलावा जो भी जो यूरनरी सिस्टम है पेशाब okay. करने तो का ब्लैडर हो गया so, प्रोस्टेट मतलब हो गया जो चलो मैं जो स्पैशलिटी की ਹੋਰ ਟਾਈਮ ਲਗਾਇਆ ਸੀਗਾ ਕੈਂਸਰ ਟਰੀਟਮੈਂਟ ਵਿੱਚ ਠੀਕ ਹੈ ਰੋਬੋਟਿਕ ਟੈਕਨੋਲੋਜੀ ਕੀਤੀ ਹੈ ਲੈਪਰੋਸਕੋਪਿਕ ਫੈਲੋਸ਼ਿਪ ਕੀਤੀ ਹੈਗੇ ਪਰ ਉਸ ਤੋਂ ਇਲਾਵਾ ਜੋ ਮੈਂ ਆਪਣੇ ਪੇਸ਼ੈਂਟਾਂ ਨਾਲ ਕਰਦਾ ਉਹ ਤੇ ਗੱਲ ਅਲੱਗ ਹੈਗੀ ਹੈ ਕੈਂਸਰ ਕੇਅਰ ਦੀ ਪਰ ਉਸ ਤੋਂ ਇਲਾਵਾ ਕੁਆਲਿਟੀ ਆਫ ਲਾਈਫ ਜੋ ਹੁੰਦੀ ਹੈ ਇਹ ਜੋ ਕੰਡੀਸ਼ਨਸ ਹੁੰਦੇ ਨੇ ਏਮਬੈਰਸਿੰਗ ਕੰਡੀਸ਼ਨਸ ਹੁੰਦੇ ਨੇ ਜੋ ਆ ਬੜਾਪੇ ਜੋ ਡਰ ਲੱਗਦਾ ਹੈ ਕਾਰੋਬਾਰ ਨਿਕਲਣਾ ਆਪਣੇ ਨਿਆਣੇ ਨੇ ਧਿਆਨ ਰੱਖਣਾ ਕਿ ਉਹ ਬਾਹਰ ਚਲੋ ਪਿਕਚਰ ਦੇਖਣ ਜਾਣਾ ਹੈ ਕਿ ਗੁਸਲਖਾਨਾ ਕਿੱਥੇ ਹੈਗਾ ਜਾਂ ਛੇਤੀ ਇੱਕਦਮ ਪਿਸ਼ਾਬ ਆਉਂਦਾ ਹੈ ਕਿਥੋਂ ਇੰਬੈਰਸਿੰਗ ਸਿਚੁਏਸ਼ਨ ਹੁੰਦਾ ਉਹ ਸੋ ਫਿਰ ਪੈਡ ਪਾਣੇ ਪੈਂਦੇ ਨੇ ਡਿਪੈਂਡ ਪਾਣੇ ਪੈਂਦੇ ਨੇ ਤੇ ਯੂ نو ਇੰਬੈਰਸਿੰਗ ਹੁੰਦਾ ਤੇ ਇਹ ਇਹ ਕੰਡੀਸ਼ਨਸ ਬੋਥ ਮੇਲ ਐਂਡ ਫੀਮੇਲ ਨਾਲ ਹੁੰਦੀਆਂ ਨੇ ਠੀਕ ਹੈ ਮੇਲ ਜੋ ਹੁੰਦੇ ਨੇ ਉਹਨਾਂ ਦਾ ਪ੍ਰੋਸਟੇਟ ਜਿਹਾ ਉਹ ਏਜ ਆਉਂਦੀ ਹੈਗੀ ਪ੍ਰੋਸਟੇਟ ਵੱਜ ਜਾਂਦਾ ਹੈ ਉਸ ਤੋਂ ਯੂਰਿਨਰੀ ਚੇਂजेस ਆਉਂਦੇ ਨੇ ਜੋ ਸਾਡੀ ਜੋ ewomen ਅਗੇ ਉਹਨਾਂ ਦੇ ਆਫਕੋਰਸ ਪ੍ਰੈਗਨਨਸੀ ਨਾਲ ਚਾਈਲਡ ਬਰਥ ਨਾਲ ਉਹ ਵੀ ਚੇਂजेस ਆਉਂਦੇ ਨੇ ਠੀਕ ਹੈ ਨਾ ਤਾਂ ਯੂਰੋਲੋਜਿਸ ਪਸ਼ਾਬ ਯੂਰਿਨਰੀ ਸਿਸਟਮ ਹੋ ਗਿਆ ਕੈਂਸਰ ਕਿਡਨੀ ਦਾ ਪ੍ਰੋਸਟੇਟ ਦਾ ਬਲੈਡਰ ਦਾ ਟੈਸਟਿਕੂਲਰ ਕੈਂਸਰ ਜੋ ਸਾਡੇ ਜੋ ਯੰਗ men ਅਗੇ ਨੇ ਉਹਨਾਂ ਦੇ ਟੈਸਟਿਕੂਲਰ ਕੈਂਸਰ ਦਾ ਵੀ ਧਿਆਨ ਰੱਖਣਾ ਸੋ ਯੂਰੋਲੋਜਿਸ ਕਾਫੀ ਧਿਆਨ ਰੱਖਦੇ ਨੇ ਪਰ ਮਤਲਬ ਅਸੀਂ ਗੱਲ ਕਰਾਂਗੇ ਇਸ ਟਾਪਿਕ ਤੇ ਥੋੜੀ ਦੇਰ ਬਾਅਦ ਬਟ men ਦਾ ਇਸ਼ੂ ਜਿਹੜਾ ਹੁੰਦਾ ਹੈ ਇਰੇਕਟਲ ਡਿਸਫੰਕਸ਼ਨ ਦਾ ਵੀ ਤੁਸੀਂ ਉਹ ਚੀਜ਼ ਦਾ ਧਿਆਨ ਦਿੰਦੇ ਹੋ ਬਿਲਕੁਲ ਇਹੀ ਉਹ ਕੁਆਲਿਟੀ ਆਫ ਲਾਈਫ ਦੀ ਆ ਜਾਂਦੀ ਹੈਗੀ ਹੈ ਠੀਕ ਹੈ ਨਾ ਜੋ ਮੇਲ ਸਾਨੂੰ ਪਤਾ ਹੈ ਜਿਸਨਾ এজ ਨਾਲ ਵਧੇ ਜਾਂਦੇ ਨੇ ਕਾਫੀ ਚੇਂਜਸ ਆਉਂਦੇ ਨੇ ਦੇ ਚੇਂजेस ਨਾਲ ਇਹ ਵੀ ਜੋ ਰੈਕਸ਼ਨਸ ਦੀ ਚੇਂजेस ਆndੀਆਂ ਨੇ ਉਹਦੇ ਨਾਲ ਕਿਉਂ ਆndੀਆਂ ਨੇ ਇਹ ਨਾਰਮਲ ਨਹੀਂ ਇਨੀ ਨਾਰਮਲ ਕਦੋਂ ਡਾਕਟਰ ਨਾਲ ਗੱਲ ਕਰਨੀ ਚਾਹੀਦੀ ਹੈ ਆਬਵੀਅਸਲੀ ਕਾਫੀ ਜੋ ਪੇਸ਼ੈਂਟ ਆਂਦੇ ਨੇ ਉਹਤੇ ਵਿਆਹ ਸ਼ਾ ਹੋਇਆ ਹੁੰਦਾ 30 ਸਾਲ 20 30 ਸਾਲ ਦਾ ਹੋਇਆ ਹੁੰਦਾ ਪਰ ਇਹ ਜੋ ਰਿਲੇਸ਼ਨਸ਼ਿਪਸ ਨੇ ਜੈਸਾ ਡਾਕਟਰ ਸਾਹਿਬ ਤੁਸੀਂ ਵੀ ਸਾਈਕਾਟ੍ਰਿਸਟ ਆਗੇ ਉਹ ਰਿਲੇਸ਼ਨਸ਼ਿਪਸ ਨਾਲ ਔਰ ਹੋਰ ਇਫੈਕਟ ਆ ਜਾਂਦੇ ਨੇ ਡਿਪਰੈਸ਼ਨ ਹੋ ਜਾਂਦਾ ਹੈ ਸਾਡੀ ਜੋ ਸੈਲਫ ਐਸਟੀਮ ਹੈਗੀ ਹੈ ਉਹਦੇ ਉੱਤੇ ਵੀ ਇੰਪੈਕਟ ਪੈ ਜਾਂਦਾ ਜੋ ਆਮ ਜੋ ਆਦਮੀ ਹੁੰਦੇ ਨੇ ਉਹ ਮਰਦਾਂ ਨਾਲ ਜਿਸ ਤਰ੍ਹਾਂ ਅਸੀਂ ਕਹਿੰਦੇ ਜੋ ਤੰਦਰੁਸਤ ਜੋ ਸ਼ਕਤੀ ਹੁੰਦੀ ਹੈ ਉਹ 엠ਬੈਰਸਮੈਂਟ ਫੀਲ ਹੁੰਦਾ ਤੇ ਉਸ ਤੋਂ ਇਲਾਵਾ ਵੀ ਮੈਂ ਕਾਫੀ ਮਰੀਜ਼ਾਂ ਦਾ ਧਿਆਨ ਰੱਖਿਆ ਹੈਗਾ ਜੋ ਅੰਨੇ ਨੇ ਆਪਣੇ 30 ਸਾਲ ਦੇ 40 ਸਾਲ ਦੇ ਨਵੇਂ ਸ਼ਾਦੀ ਸ਼ੂਦੀ ਹੁੰਦੇ ਨੇ ਉਹਨਾਂ ਨੂੰ 엠ਬੈਰਸਿੰਗ ਫੀਲ ਹੁੰਦਾ ਹੈ ਕਿ ਇਹ ਇਹ ਸੈਡ ਮੇਰੇ ਮਾਈਂਡ ਵਿੱਚ ਆ ਗਿਆ ਐ ਐਂਗਜ਼ਾਇਟੀ ਆ ਗਈ ਹੈ ਜਾਂ ਵਾਕਈ ਕੋਈ ਮੈਡੀਕਲ ਇਸ਼ੂਸ ਨੇ ਜੋ men's issues ਹੁੰਦੇ ਨੇ ਜੋ ਬਹੁਤ ਜ਼ਰੂਰੀ ਹੁੰਦੇ ਨੇ ਸੈਲਫ ਕੌਨਫੀਡੈਂਸ ਵਾਸਤੇ ਆਪਣੇ ਰਿਲੇਸ਼ਨਸ ਵਾਸਤੇ ਵਿਆਹ ਵਾਸਤੇ ਰਿਲੇਸ਼ਨਸ਼ਿਪ ਵਾਸਤੇ ਜਾਂ ਆਪਣੇ ਆਪਣੇ ਆਪ ਵਾਸਤੇ ਕਿ ਤੁਸੀਂ ਅੱਛਾ ਫੀਲ ਕਰੋ ਸਾਡੇ ਕਲਚਰ ਵਿੱਚ ਸਾਡੇ ਪੰਜਾਬੀਆਂ ਚ ਜਿਹੜੇ ਆਮ ਲੋਕ ਆਦਮੀ ਨੇ ਜਾਂਦੇ ਨਹੀਂ ਡਾਕਟਰ ਕੋਲ ਜਾਂ ਉਹ ਬਹੁਤ ਡਰ ਕੇ ਜਾਂ ਸ਼ਰਮਾ ਕੇ ਐ ਚੀਜ਼ ਡਾਕਟਰ ਨੂੰ ਪੁੱਛਦੇ ਨੇ ਤੁਸੀਂ ਇੱਕ ਪੰਜਾਬੀ ਡਾਕਟਰ ਸਾਡੀ ਕਮਿਊਨਿਟੀ ਵਿੱਚ ਹੈਗੇ ਹੋ ਤੇ ਮੈਂ ਇਹ ਜ਼ਰੂਰ ਦੱਸਣਾ ਚਾਹਾਂਗੀ ਆਡੀਅנס ਨੂੰ ਕਿ ਡਾਕਟਰ ਸਿੰਘ ਜੋ ਹੈਗੇ ਨੇ ਉਹ ਉਹਨਾਂ ਦਾ ਵੈਬਸਾਈਟ ਤੁਸੀਂ ਜ਼ਰੂਰ ਯਾਦ ਰੱਖਣਾ singh urology.com ਮੈਂ ਐਪੀਸੋਡ ਤੇ ਵੀ ਅਸੀਂ ਪਾਵਾਂਗੇ ਬਟ singh urology.com ਤੇ ਮੈਨੂੰ ਲੱਗਦਾ ਹੈ ਡਾਕਟਰ ਸਿੰਘ ਕਿ ਜਿਹੜੇ ਲੋਕ ਸਾਡੇ ਈਵਰਸ ਨੇ ਜਾਂ ਪੰਜਾਬੀ ਨੇ ਜਿਹੜੇ ਸ਼ਾਇਦ ਕੋਈ ਗੋਰੇ ਨਾਲ ਜਾਂ ਕੋਈ ਲੇਡੀ ਡਾਕਟਰ ਨਾਲ ਇਹ ਚੀਜ਼ਾਂ ਗੱਲ ਨਹੀਂ ਕਰਨਾ ਚਾਹਣਗੇ ਤੁਹਾਡੇ ਵਰਗੇ ਕਿਸੇ ਡਾਕਟਰ ਨਾਲ ਗੱਲ ਕਰਨਾ ਜ਼ਰੂਰ ਪਸੰਦ ਕਰਨਗੇ ਮੈਂ ਇੱਕ ਗੱਲ ਪੁੱਛਣਾ ਚਾਹਨੀ ਆ ਤੁਹਾਨੂੰ ਕਿ ਜਨਾਨੀਆਂ ਜਿਹੜੀਆਂ ਨੇ ਲੇਡੀਜ਼ ਜਿਹੜੀਆਂ ਨੇ ਦੇ ਗੋ ਦੇ ਗੋ ਟੂ ਦਾ ਜੀਆਈ ਐਂਡ ਦੇ ਗੋ ਟੂ ਦਾ ਗਾਇਨੋਕਾਲੋਜਿਸਟ ਵੀ ਨੋ ਕਿ ਸਾਨੂੰ ਲਾਈਕ ਪੈਪਸਮੀਰ ਕਰਾਣਾ ਹੈ ਜਾਂ ਬ੍ਰੈਸਟ ਐਗਜ਼ਾਮ ਕਰਾਣਾ ਹੈ ਮੈਮੋਗ੍ਰਾਮ ਕਰਾਣਾ ਹੈ ਔਰ ਆਈ ਥਿੰਕ ਸਨੂ ਲੇਡੀਜ਼ ਨੂੰ ਵੈਸੇ ਵੀ ਜਦੋਂ ਬੱਚੇ ਹੁੰਦੇ ਨੇ ਤੇ ਡਾਕਟਰ ਹਮੇਸ਼ਾ ਬੁਲਾਉਂਦੇ ਨੇ ਫਾਲੋ ਅਪ ਸੋਸਤੇ ਬਟ ਜੋ ਮੈਨ ਹੁੰਦੇ ਨੇ ਉਹ ਬਹੁਤ ਘਟ ਜਾਂਦੇ ਨੇ ਸੋ ਤੁਸੀਂ ਇਹ ਦੱਸੋ ਕਿ ਇੱਕ ਆਦਮੀ ਨੂੰ ਜਨਰਲ ਚੈੱਕ ਅਪ ਕਿੰਨੀ ਕਿੰਨੀ ਵਾਰੀ ਕਰਾਉਣਾ ਚਾਹੀਦਾ ਹੈ ਔਰ ਸਪੈਸ਼ਲੀ ਅਗਰ ਕੋਈ ਹੋਰ ਪ੍ਰੋਬਲਮ ਹੋਏ ਤੇ ਕਦੋਂ ਔਰ ਕਿਸ ਤਰ੍ਹਾਂ ਜਾਣਾ ਚਾਹੀਦਾ ਹੈ ਅਨਦਰ ਗੁੱਡ ਕੁਐਸਚਨ ਸਵਾਲ ਕਾਫੀ ਅੱਛਾ ਹੈ ਕਿਉਂਕਿ ਉਹ ਹੀ ਡਰਦੇ ਆ ਗਿਆ ਸੀ ਮਰਦ ਜਿਸਰਾ ਸਾਨੂੰ ਇਹ ਮਾਈਂਡ ਚੰਦਾ ਕਿ ਸਾਨੂੰ ਕੋਈ ਬਿਮਾਰੀ ਨਹੀਂ ਹੋਣੀ ਕਿ ਜੋ ਅਸੀਂ ਹਰ ਰੋਜ਼ ਕੰਮ ਕਰਦੇ ਆ ਗਿਆਂ ਉੱਠਦੇ ਆ ਗਿਆਂ ਕੰਮ ਕਰਦੇ ਪੂਰੇ ਕੋਈ ਦਿੱਕਤ ਨਹੀਂ ਹੁੰਦੀ ਤੇ ਅਸੀਂ ਹੈਲਥੀ ਹੋਵਾਂਗੇ ਦੇਖੋ ਨਾ ਆਮ ਜਿਸਾ ਅਸੀਂ ਯੂਜ਼ ਗੱਡੀ ਯੂਜ਼ ਕਰਦੇ ਆ ਗਿਆਂ ਉਹਦਾ ਧਿਆਨ ਰੱਖਦੇ ਆ ਗੱਡੀ ਦਾ ਠੀਕ ਹੈ ਨਾ ਤੇ ਗੱਡੀ ਦਾ ਧਿਆਨ ਰੱਖਣ ਦਾ ਉਹਦੀ ਮੇਨਟੇਨੈਂਸ ਦੀ ਲੋਡ ਹੁੰਦੀ ਹੈ ਤੇ ਹਰ 3 ਮਹੀਨੇ 4 ਮਹੀਨੇ ਬਾਅਦ ਆਇਲ ਚੇਂਜ ਕਰਾਉਣਾ ਪੈਂਦਾ ਹੈ ਸਪੈਸ਼ਲੀ ਗਾਇਜ਼ ਹਨਾ ਸਾਡੇ ਪਰ ਉਹ ਆदमी ਜੋ ਗੱਡੀਆਂ ਦਾ ਧਿਆਨ ਰੱਖਦੇ ਨੇ ਠੀਕ ਹੈ ਤੇ ਮੈਂ ਇੱਕ ਐਗਜ਼ਾਮਪਲ ਯੂਜ਼ ਕਰਦਾ ਹਾਂ ਕਿਉਂਕਿ ਉਹਨਾਂ ਨੂੰ ਮੇਰੇ ਖਿਆਲ ਜਿਆਦਾ ਸਮਝ ਆਉਂਦਾ ਹੈ ਕਿ ਅਬ ਤੁਸੀਂ ਗੱਡੀ ਦਾ ਧਿਆਨ ਰੱਖੋਗੇ ਤੇ ਜਿਸ ਤਰ੍ਹਾਂ ਤੇਲ ਹੁੰਦਾ ਗੱਡੀ ਚ ਉਹਦਾ ਜਦੋਂ ਤੁਸੀਂ ਚੈੱਕ ਕਰਦੇ ਹੋਗੇ ਉਹ ਪਤਾ ਚੱਲ ਜਾਂਦਾ ਕਿ ਕਿੰਨਾ ਕੋ ਗੰਧ ਪਿਆ ਹੈਗਾ ਕਿੰਨਾ ਡਾਰਕ ਹੈਗਾ ਡਿਊਟੀ ਹੈਗਾ ਲੈਵਲ ਕੀ ਹੈਗਾ ਠੀਕ ਹੈ ਨਾ ਜੋ ਜੋ ਇੰਜਨ ਦੀ ਜੋ ਸੇਤ ਹੁੰਦੀ ਉਹ ਫਟ ਪਤਾ ਚੱਲ ਜਾਂਦੀ ਕਿ ਤੇਲ ਦੇ ਕੈਰੈਕਟਰ ਦੇ ਨਾਲ ਠੀਕ ਹੈ ਨਾ ਤੇ ਅਗਰ ਤੁਸੀਂ ਹੈਲਤ ਤੁਸੀਂ ਆਪਣੀ ਆਇਲ ਚੇਂਜ ਹਰ 3-4 ਮਹੀਨੇ ਕਰਾ ਰਹੇ ਹੋ ਗੱਡੀ ਵਾਸਤੇ ਤੇ ਤੁਸੀਂ ਆਪਣਾ ਸਿਹਤ ਕਿਉਂ ਨਹੀਂ 3-4 ਮਹੀਨੇ ਜਾਂ ਸਾਲ ਬਾਅਦ ਆਪਣਾ ਚੈੱਕਅਪ ਕਿਉਂ ਨਹੀਂ ਕਰਾਉਗੇ ਠੀਕ ਹੈ ਨਾ ਤੇ ਅਲਟੀਮੇਟਲੀ ਗੱਡੀ ਖਰਾਬ ਹੀ ਹੋ ਜਾਏ ਠੀਕ ਹੈ ਨਾ ਤੇ ਨਵੀਂ ਗੱਡੀ ਨਵੀਂ ਇੰਜਨ ਲਗਾ ਸਕਦੇ ਹੋ ਨਵਾਂ ਪਾਰਟ ਲਗਾ ਸਕਦੇ ਹੋ ਸਾਡੀ ਤਾਂ ਇੱਕੋ ਹੀ ਇੱਕੋ ਹੀ ਸਿਹਤ ਹੈਗੀ ਹੈ ਇੱਕੋ ਹੀ ਜ਼ਿੰਦਗੀ ਹੈਗੀ ਹੈ ਉਹ ਸਾਡੇ ਕੋਲੋਂ ਛੁੱਟ ਗਈ ਤੇ ਫਿਰ ਵਾਪਿਸ ਨਹੀਂ ਮਿਲਨੀ ਠੀਕ ਹੈ ਨਾ ਤੇ ਆਮ ਜੋ ਚੈੱਕਅਪ ਹੋਣਾ ਚਾਹੀਦਾ ਹੈ ਮੇਰੇ ਖਿਆਲ ਤੇ ਨਾਲ ਤੇ ਆ ਆਮ ਸਕੂਲਿੰਗ ਸਕੂਲਿੰਗ ਵਿੱਚ ਹੁੰਦੀ ਹੈਗੀ ਆ ਫਿਰ ਉਸ ਤੋਂ ਬਾਅਦ ਕਾਲਜ ਆਉਂਦਾ ਕਾਲਜ ਵੀ ਸਕਰੀਨਿੰਗ ਹੁੰਦੀ ਆ ਤੇ ਕਾਲਜ ਤੋਂ ਬਾਅਦ ਜਦੋਂ ਨੌਕਰੀ ਕੋਈ ਨੌਕਰੀ ਕਹਿੰਦੇ ਨੇ ਕਿ ਚੈੱਕਅਪ ਕਰਾਉਣਾ ਚਾਹੀਦਾ ਹੈ ਸਾਲ ਬਾਅਦ ਠੀਕ ਹੈ ਨਾ ਕਈ ਨਹੀਂ ਕਹਿੰਦੇ ਜਿਸ ਨਾਲ ਕਾਫੀ ਨਹੀਂ ਕਹਿੰਦੇ ਹਾਂ ਤੇ ਆਮ ਗੁੱਡ ਆਈਡੀਆ ਕਿ ਅਰਾਊਂਡ 40 ਦੇ ਸਾਲ ਦੇ ਨਾ ਆਪਣੇ ਡਾਕਟਰ ਕੋਲ ਬੀਸ ਲਾਈਨ ਚੈੱਕਅਪ ਕਰਾਉਣਾ ਚਾਹੀਦਾ ਹੈ ਹਰ ਸਾਲ ਸਟਾਰਟਡ 40 ਠੀਕ ਹੈ ਨਾ ਤੇ ਉਹ ਡਿਪੈਂਡ ਵੀ ਕਰਦਾ ਦੇਖੋ ਫੈਮਿਲੀ ਹਿਸਟਰੀ ਸਾਡੇ ਜੋ ਕਮਿਊਨਿਟੀ ਹੈਗੀ ਕਾਫੀ ਡਾਇਬੀਟੀਜ਼ ਹੈਗੇ ਨੇ ਕੋਲੇਸਟੇਰੋਲ ਪ੍ਰੋਬਲਮ ਨੇ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਨੇ ਚਲੋ ਆਰਮਸ ਆ ਮੋਸਟਲੀ ਸਾਡੀ ਕਮਿਊਨਿਟੀ ਜ਼ਿਆਦਾ ਸਮੋਕਿੰਗ ਵਗੈਰਾ ਨਹੀਂ ਕਰਦੀਆਂ ਹੋਰ ਤੇ ਉਹ ਗੱਲ ਮੰਨ ਲਈ ਪਰ ਜੋ ਜੈਨੇਟਿਕ ਜੋ ਹੈਗੇ ਨੇ ਪ੍ਰੋਬਲਮ ਆ ਉਹ ਸਾਡੀ ਕਮਿਊਨਿਟੀਆਂ ਕਾਫੀ ਇਫੈਕਟ ਹੈਗਿਆ ਨੇ ਠੀਕ ਹੈ ਨਾ ਤੇ 40 ইয়ারਸ ਤੇ গুড ਆਈਡੀਆ ਕਿ ਚੈੱਕਅਪ ਕਰਾ ਲਓ ਬੇਸਲਾਈਨ ਡਾਕਟਰ ਤੁਹਾਡਾ ਜੋ ਮੈਡੀਕਲ ਡਾਕਟਰ ਹੈਗਾ ਉਹ ਤੁਹਾਡਾ ਕੋਲੇਸਟੇਰੋਲ ਚੈੱਕ ਕਰ ਸਕਦਾ ਹੈ ਬਲੱਡ ਪ੍ਰੈਸ਼ਰ ਕਰਾ ਸ਼ੂਗਰ ਦੇਖ ਸਕਦਾ ਹੈ ਤੇ ਉਸ ਤੋਂ ਬਾਅਦ ਡਿਪੈਂਡ ਕਰਦਾ ਹੈ ਫੈਮਲੀ ਹਿਸਟਰੀ ਕਿੰਨੀ ਕੁ ਅਫੈਕਟਡ ਹੈਗੀ ਹੈ ਅਗਰ ਸਟਰੋਂਗ ਫੈਮਲੀ ਹਿਸਟਰੀ ਹੈ ਸ਼ਾਇਦ ਤੁਹਾਨੂੰ ਥੋੜਾ ਹੋਰ 6 ਮਹੀਨੇ ਬਾਅਦ ਜਾਂ ਹਰ ਸਾਲ ਜਾਣਾ ਪੈਣਾ ਹੈ ਪਰ ਖੁਦ ਦੱਸ ਦੰਗੇ ਕਿ ਤੁਸੀਂ ਜਾਓ ਜਲਦੀ ਆਓ ਜਾਂ ਕੱਟਾ ਬਟ 40 ਸਾਲ ਤੇ ਤੇ ਐਟ ਲੀਸਟ ਮਿਨਮਮ ਤੁਹਾਨੂੰ ਜਾਣਾ ਹੀ ਚਾਹੀਦਾ ਹੈ ਬੇਸਲਾਈਨ ਹੈ ਨਾ ਬੇਸਲਾਈਨ ਕਰੀ ਜੀ ਆਮ ਜੋ ਪ੍ਰੋਸਟੇਟ ਦੀ ਹੈਲਥ ਹੋ ਗਈ ਜਾਂ ਯੂਰਨਰੀ ਹੈਲਥ ਹੋ ਗਈ ਹੈ ਪਾਰਟਿਕੂਲਰ ਇਵਨ ਜੋ ਮਤਲਬ ਮੈਨਸ ਇਸ਼ੂਸ ਨੇ ਆਹੋ ਸੋ ਉਹ ਉਸ ਦੈਟਸ ਗੁੱਡ ਆਈਡੀਆ ਐਟ ਏਜ 50 50 ਸਾਲ ਤੋਂ ਬਾਅਦ ਹਰ ਸਾਲ ਤੇ ਜਾਣਾ ਹੀ ਚਾਹੀਦਾ ਠੀਕ ਹੈ ਹਰ ਸਾਲ ਆਪਣਾ ਪ੍ਰੋਸਟੇਟ ਚੈੱਕ ਕਰਾਣਾ ਚਾਹੀਦਾ ਹੈ ਇਹੋ ਜੇ ਜੋ ਡਾਕਟਰ ਸਾਹਿਬ ਪੁੱਛਣਗੇ ਕੁਐਸਚਨਸ ਕਿ ਕਿਸ ਤਰ੍ਹਾਂ ਤੁਹਾਡੀ ਸਿਹਤ ਹੈਗੀ ਹੈ ਕਿਸ ਤਰ੍ਹਾਂ ਤੁਹਾਡੇ ਪਿਸ਼ਾਬ ਰੋਕਣ ਦੀ ਪ੍ਰੋਬਲਮ ਹੈਗੀ ਹੈ ਇਹੋ ਜੇ ਕੁਐਸਚਨਸ ਪੁੱਛ ਸਕਦੇ ਨੇ ਤੇ ਵਾਪਿਸ ਜਿਸ ਤਰ੍ਹਾਂ ਗੱਲ ਕਰਦੇ ਵੈਸੇ ਕਿ ਰੈਕਸ਼ਨਸ ਦੇ ਬਾਰੇ ਠੀਕ ਹੈ ਨਾ ਉਹ ਸੇਮ ਜਿਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਤੇਲ ਚੈੱਕ ਕਰਦੇ ਹੋ ਗੱਡੀ ਦਾ ਜੋ ਮੈਂ ਦੀ ਜੋ ਕੁਆਲਿਟੀ ਹੁੰਦੀ ਹੈ ਰੈਕਸ਼ਨਸ ਦੀ ਉਹ ਵੀ ਕਾਫੀ ਤੁਹਾਨੂੰ ਨਾ ਸੇ ਦੇ ਬਾਰੇ ਦੱਸ ਸਕਦੀ ਹੈ ਓਕੇ ਠੀਕ ਹੈ ਨਾ ਜਿਸ ਤਰ੍ਹਾਂ ਅਗਰ ਕੋਈ ਚੇਂਜਸ ਆ ਰਹੀਆਂ ਨੇ ਜੀ ਕਿ ਜੈਸਾ ਇਰੇਕਸ਼ਨਸ ਘਟ ਆ ਰਹੇ ਨੇ ਸਵੇਰੇ ਜਦੋਂ ਬੰਦ ਮਾਰ ਦੋੜਦਾ ਨਹੀਂ ਆ ਰਹੀਆਂ ਇਰੇਕਸ਼ਨਸ ਜਾਂ ਸੌਫਟ ਨੇ ਇਹ ਰਿਜ ਇਰੇਕਸ਼ਨਸ ਦੀ ਜੋ ਸਟਰੈਂਥ ਹੈਗੀ ਕੱਢਦੀ ਜਾਂਦੀ ਹੈ ਤੇ ਇਹਦਾ ਕੀ ਮਤਲਬ ਫਿਰ ਹੁੰਦਾ ਹੈ ਕਾਫੀ ਮਤਲਬ ਹੋ ਸਕਦੇ ਨੇ ਜੈਸਾ ਹੁਣ ਬਲੱਡ ਪ੍ਰੈਸ਼ਰ ਦਾ ਪ੍ਰੋਬਲਮ ਹੋ ਸਕਦਾ ਹੈ ਡਾਇਬੀਟਿਸ ਦੀ ਪ੍ਰੋਬਲਮ ਹੋ ਸਕਦੀ ਹੈ ਠੀਕ ਹੈ ਨਾ ਤੇ ਆਮ ਜੋ ਆਦਮੀ ਹੁੰਦਾ ਨਹੀਂ ਚੈੱਕ ਅਪ ਕਰਾ ਸਕਦਾ ਤੇ ਕਹਿੰਦਾ ਚਲੋ ਇਰੇਕਸ਼ਨ ਚੇਂਜ ਹੋ ਰਹੀ ਨੇ ਮੈਂ ਏਜ ਆ ਰਹੀ ਹੈ ਤੇ ਇਹ ਐਕਸਪੈਕਟਿਡ ਹੈਗਾ ਪਰ ਇਟ ਡੋਨਟ ਇਗਨੋਰ ਠੀਕ ਹੈ ਨਾ ਇਹ ਇਹ ਵੇਗਨ ਰੋ ਨਹੀਂ ਕਰਨੀ ਚਾਹੀਦੀਆਂ ਬਿਕਾਜ਼ ਇਹ ਜੋ ਚੇਂजेस ਨੇ ਪਹਿਲੀ ਚੇਂजेस ਹੋ ਸਕਦੀ ਨੇ ਕਿ ਅੰਡਰਲਾਈਂ ਡਾਇਬੀਟੀਜ਼ ਜਾਂ ਹੋਰ ਕੋਈ ਪ੍ਰੋਬਲਮ ਹੈ ਠੀਕ ਹੈ ਨਾ ਤੇ ਜਦੋਂ ਮੈਨ ਨੂੰ ਜਦੋਂ ਇਰੇਕਸ਼ਨਸ ਆਂਦੀਆਂ ਨੇ ਜੋ ਨਾਰਮਲ ਆਂਦੀਆਂ ਨੇ ਉਹ ਸਿੰਪਲੀ ਸਟੇਟਡ ਕਿ ਇੱਕ ਤੇ ਹੁੰਦਾ ਹੈ ਬਲੱਡ ਫਲੋ ਅੰਦਰ ਆਣਾ ਚਾਹੀਦਾ ਠੀਕ ਹੈ ਨਾ ਤੇ ਖੁੱਲ ਕੇ ਆਣਾ ਚਾਹੀਦਾ ਓਕੇ ਤੇ ਅਗਰ ਕੋਈ ਨਾੜੀ ਕੋਈ ਆਰਟਰੀਜ਼ ਵਿੱਚ ਪ੍ਰੋਬਲਮ ਨੇ ਕੋਲੇਸਟ੍ਰੋਨਲ ਕੋਈ ਜੋ ਆਰਟਰੀਜ਼ ਨੇ ਉਹ ਫਸੀ ਹੋਈਆਂ ਨੇ ਤੇ ਖੂਨ ਖੁੱਲ ਕੇ ਨਹੀਂ ਆ ਰਿਹਾ ਉਹ ਪ੍ਰੋਬਲਮ ਹੋ ਸਕਦੀ ਹੈ ਡਾਇਬੀਟੀਜ਼ ਨਾਲ ਕਾਫੀ ਪ੍ਰੋਬਲਮ ਆਉਂਦੀ ਨੇ ਸ਼ੂਗਰ ਕੰਟਰੋਲ ਨਾ ਹੋਏ ਤੇ ਉਹ ਜੋ ਨਾੜੀਆਂ ਹੁੰਦੀਆਂ ਨੇ ਜੋ ਛੋਟੀ ਛੋਟੀ ਹੁੰਦੀਆਂ ਨੇ ਕਾਫੀ ਸੈਂਸਿਟਿਵ ਹੁੰਦੀਆਂ ਨੇ ਉਸ ਤੋਂ ਜਦੋਂ ਡਾਇਬੀਟੀਜ਼ ਅਫੈਕਟ ਹੁੰਦੀਆਂ ਨੇ ਸਭ ਤੋਂ ਪਹਿਲੇ ਛੋਟੀਆਂ ਨਾੜੀਆਂ ਨੂੰ ਹੁੰਦੀਆਂ ਨੇ ਠੀਕ ਹੈ ਨਾ ਤੇ ਉਸ ਤੋਂ ਇਲਾਵਾ ਜੋ ਯੂਰੋਲੋਜਿਸਟ ਹੁੰਦਾ ਉਹ ਹੋਰ ਤੁਹਾਨੂੰ ਐਡਵਾਈਸ ਦੇ ਸਕਦਾ ਹੈ ਕਿ ਕੀ ਪ੍ਰੋਬਲਮ ਹੈਗੀ ਹੈ ਆਰਟਰੀ ਨਾਲ ਨਹੀਂ ਵੀ ਹੋ ਸਕਦਾ ਤੇ ਦੂਜੀ ਪ੍ਰੋਬਲਮ ਹੋ ਸਕਦੀ ਹੈ ਕਿ ਜੋ ਖੂਨ ਲੀਕ ਹੋ ਰਿਹਾ ਹੈ ਠੀਕ ਹੈ ਨਾ ਜਿਸ ਨਾਲ ਤੁਸੀਂ ਬਾਲਟੀ ਪਰਦੇ ਪਿਓ ਨਲਕਾ ਖੁੱਲਿਆ ਹੋਇਆ ਹੈ ਪਰ ਬਾਲਟੀ ਜੇਕਰ ਮੋਰੀ ਹੋਏ ਬਾਲਟੀ ਕਦੀ ਨਹੀਂ ਭਰੇਗੀ রাইਟ ਸੋ ਇਟ ਨੇਵਰ ਫਿਲਸ ਅਪ ਤੁਸੀਂ ਬਹੁਤ ਹੀ ਅੱਛੀ ਤਰ੍ਹਾਂ ਸਾਨੂੰ ਸਭ ਨੂੰ ਸਮਝਾ ਰਹੇ ਹੋ ਐਂਡ ਥੈਂਕ ਯੂ ਬਿਕਾਜ਼ ਅਸੀਂ ਇਹ ਬਹੁਤ ਜ਼ਰੂਰੀ ਚੀਜ਼ਾਂ ਨੇ ਜੋ ਸਾਡੀ ਵੀਵਰਸ ਨੂੰ ਸਮਝਾਣਾ ਚਾਹੀਦਾ ਹੈ ਅਸੀਂ ਇੱਕ ਛੋਟਾ ਜਿਹਾ ਬ੍ਰੇਕ ਲੈ ਕੇ ਵਾਪਸ ਆਨੇ ਆਂ ਐਂਡ ਹੋਰ Hey, topic thoda gal kar welcome back everybody and we uh, and dr Singh Nal, who uh, is a very well-known urologist we episode they should watch a urologist sam jayasi uh, joe men's issues bladder urinary women's kidney uh, urinary infections uh, prostate testicle or, um, any of those kind of issues right ਅਮ ਤੇ ਅਸੀਂ ਗੱਲ ਕਰ ਰਹੇ ਸੀ ਇੱਕ ਬਹੁਤ ਇੰਪੋਰਟੈਂਟ ਟਾਪਿਕ ਦੇ ਉੱਤੇ ਇਰੇਕਟਲ ਡਿਸਫੰਕਸ਼ਨ ਜੋ ਹੁੰਦਾ ਹੈ men's issue ਤੇ ਅਸੀਂ ਗੱਲ ਕਰ ਰਹੇ ਸੀ ਕਿ ਬਹੁਤ ਸਾਰੀ ਕਮਿਊਨਿਟੀ ਵਿੱਚ ਹੁੰਦਾ ਹੈ ਲੇਕਿਨ ਲੋਕ ਬਹੁਤ ਘੱਟ ਟ੍ਰੀਟਮੈਂਟ ਲੈਂਦੇ ਨੇ ਇਹਦੇ ਵਾਸਤੇ ਜਾਣਦੇ ਨਹੀਂ ਡਾਕਟਰ ਕੋਲ ਤੇ ਮੈਂ ਡਾਕਟਰ ਸਿੰਘ ਸੁਨਿਆ ਵੀ ਹੋਇਆ ਕਿ ਬਹੁਤ ਲੋਕ ਐਫਜੀ ਦਵਾਈਆਂ ਦੇ ਤੇ ਨਾਮ ਕਾਮਨਲੀ ਲੋਕ ਬੋਲਦੇ ਨੇ ਸਿਆਲਸ ਲੋ ਵਾਇਆਗਰਾ ਲੋ ਮੈਂ ਐ ਵੀ ਸੁਨਿਆ ਕਿ ਕਈ ਲੋਕ ਇੰਡੀਆ ਤੋਂ ਲੈ ਆਉਂਦੇ ਨੇ ਜਾਂ ਬਾਹਰੋਂ ਖਰੀਦ ਲੈਂਦੇ ਨੇ ਪਤਾ ਹੀ ਨਹੀਂ ਕਿੱਥੋਂ ਕੀ ਲੈ ਰਹੇ ਨੇ ਤੁਸੀਂ ਦੱਸੋ ਕਿ ਇਹਦਾ ਟ੍ਰੀਟਮੈਂਟ ਕੀ ਹੁੰਦਾ ਹੈ ਕਿਸੇ ਨੂੰ ਆਪਣੀ ਲਾਈਫ ਥੋੜੀ ਬੈਟਰ ਕਰਨੀ ਹੈ ਆਪਣੇ ਰਿਲੇਸ਼ਨਸ ਆਪਣੇ ਵਸਤੇ ਬੈਟਰ ਕਰਨਾ ਹੈ ਕਿਹਦੇ ਕੋਲ ਜਾਣ ਕਿਸ ਤਰ੍ਹਾਂ ਜਾਣ ਤੁਹਾਡੇ ਕੋਲ ਕਿਉਂ ਆਨ ਯੂਰੋਲੋਜਿਸਟ ਨਾਲ ਕਿਉਂ ਮਿਲਣ ਆ ਦਵਾਈ ਕੀ ਹੋਣੀ ਚਾਹੀਦੀ ਹੈ ਕਿਸ ਤਰ੍ਹਾਂ ਲੈਣੀ ਚਾਹੀਦੀ ਹੈ ਦੇਖੋ ਨਾ ਪਹਿਲੇ ਜਿਸ ਤਰ੍ਹਾਂ ਬ੍ਰੇਕ ਤੋਂ ਪਹਿਲੇ ਅਸੀਂ ਗੱਲ ਕੀਤੀ ਸੀ ਕਿ ਕਿ ਪਹਿਲੀ ਗੱਲ ਆਪਣਾ ਸਿਹਤ ਦਾ ਧਿਆਨ ਰੱਖਣਾ ਹੈ ਤੇ ਪਹਿਲੇ ਚੈੱਕਅਪ ਤੇ ਜ਼ਰੂਰ ਮੈਡੀਕਲ ਡਾਕਟਰ ਨਾਲ ਡਿਸਕਸ ਇਹ ਕਰਨੇ ਚਾਹੀਦੀ ਹੈ ਡਾਇਬੀਟਿਸ ਨਹੀਂ ਹੈਗੀ ਬਲੱਡ ਪ੍ਰੈਸ਼ਰ ਕੋਲੇਸਟ੍ਰੋਲ ਕਾਫੀ ਉਹ ਮੈਨੇਜਮੈਂਟ ਜ਼ਰੂਰੀ ਹੁੰਦਾ ਹੈ ਠੀਕ ਹੈ ਨਾ ਤੇ ਉਸ ਤੋਂ ਬਾਅਦ ਯੂਰੋਲੋਜਿਸਟ ਦਾ ਇਹ ਯੂਨੀਕਨੈਸ ਹੈਗੀ ਹੈ ਕਿ ਜੋ ਇਹ ਸੈਂਸਿਟਿਵ ਇਸ਼ੂਜ਼ ਨੇ ਅਸੀਂ ਖੁੱਲ ਕੇ ਗੱਲ ਕਰ ਸਕਦੇ ਹਾਂ ਬਿਕਾਜ਼ ਤੁਸੀਂ ਤੇ ਰੋਜ਼ ਹਜ਼ਾਰ ਲੋਕਾਂ ਨਾਲ ਇਹੋ ਗੱਲ ਕਰਦੇ ਹੋ ਬਿਲਕੁਲ ਤੇ ਜੋ ਮੈਡੀਕਲ ਡਾਕਟਰ ਨੇ ਉਹਨਾਂ ਕੋਲ ਹੋਨੈਸਟਲੀ ਦੱਸਾਂ ਕਿ 10-15 ਮਿੰਟ ਹੁੰਦੇ ਨੇ ਉਹ 10-15 ਮਿੰਟ ਤੁਹਾਡਾ ਬਲੱਡ ਪ੍ਰੈਸ਼ਰ ਚੈੱਕ ਕਰ ਰਹੇ ਨੇ ਤੁਹਾਡਾ 슈ਗਰ ਚੈੱਕ ਕਰਦੇ ਨੇ ਤੁਹਾਡਾ ਕੋਲੇਸਟ੍ਰੋਲ ਚੈੱਕ ਕਰਦੇ ਨੇ ਤੇ ਜੋ ਗੱਲ ਹੁੰਦੀ ਹੈ ਖੁੱਲ ਕੇ ਜੋ ਇਹ ਜੋ ਇਰੇਕਸ਼ਨਸ ਦੇ ਚੇਂਜਸ ਆ ਰਹੇ ਨੇ ਉਹ ਕਦੀ ਕਦੀ ਡਿਸਕਸ ਵੀ ਨਹੀਂ ਹੁੰਦੀਆ ਮੈਡੀਕਲ ਡਾਕਟਰ ਨਾਲ ਔਰ ਮੈਂ ਐਕਚੁਅਲੀ ਆਡੀਅנס ਨੂੰ ਦੱਸਣਾ ਚਾਹਾਂਗੀ ਕਿ ਇੱਕ ਮੇਰਾ ਪਰਸਨਲੀ ਮਰੀਜ਼ ਸੀ ਜੋ ਮੈਂ ਉਹਨਾਂ ਨੂੰ ਰეკਮੈਂਡ ਕੀਤਾ ਸੀ ਡਾਕਟਰ ਸਿੰਕਲ ਤੇ ਉਹ ਬਹੁਤ ਸ਼ਰਮਾ ਕੇ ਮੇਰੇ ਨਾਲ ਉਹਨਾਂ ਨੇ ਗੱਲ ਕੀਤੀ ਔਰ ਮੈਂ ਡਾਕਟਰ ਸਿੰਕਲ ਭੇਜਿਆ ਤੇ ਉਹ ਬਹੁਤ ਖੁਸ਼ ਹੋਏ ਕਿ ਤੁਸੀਂ ਇੰਨਾ ਟਾਈਮ ਲਗਾ ਕੇ ਇੰਨੀ ਅੱਛੀ ਤਰ੍ਹਾਂ ਸਮਝਾ ਕੇ ਟ੍ਰੀਟਮੈਂਟ ਦਿੱਤੀ ਸੋ ਆਈ ਥਿੰਕ ਦੈਟਸ ਗ੍ਰੇਟ ਕਿ ਯੂਰੋਲੋਜਿਸਟ ਕੋਲ ਜਾਣਾ ਜ਼ਰੂਰੀ ਹੈ ਬਿਕਾਜ਼ ਆਮ ਡਾਕਟਰਸ ਅਸੀ ਇੰਨਾ ਸਪੈਸ਼ਲਾਈਜ਼ ਨਹੀਂ ਕਰਦੇ ਇਸ ਚੀਜ਼ ਵਿੱਚ ਨਾ ਤੇ ਉਹੀ ਮੈਂ ਐਨਾਲੋਜੀ ਯੂਜ਼ ਕਰਾਂਗਾ ਜਿਸ ਤਰ੍ਹਾਂ ਗੱਡੀ ਦੀ ਗੱਲ ਕਰਦੇ ਪਈ ਸੀਗੇ ਠੀਕ ਹੈ ਨਾ ਜੋ ਅਗਰ ਕੋਈ ਪ੍ਰੋਬਲਮ ਤੇਲ ਚੇਂਜ ਕਰਨਾ ਹੈ ਟਾਇਰ ਰੋਟੇਟ ਕਰਨਾ ਹੈ ਉਹਦੇ ਆਮ ਜਨਰਲ ਮਕੈਨਿਕ ਕਰ ਲੇਗਾ ਪਰ ਅਗਰ ਕੋਈ ਕੋਈ ਟਰਾਂਸਮਿਸ਼ਨ ਦਾ ਪ੍ਰੋਬਲਮ ਹੈ ਤੇ ਸਪੈਸ਼ਲਿਸਟ ਕੋਲ ਜਾਣਾ ਪੈਣਾ ਠੀਕ ਹੈ ਨਾ ਤੇ ਉਹ ਹੀ ਜੋ ਯੂਰੋਲੋਜਿਸ ਜਾਂਦੇ ਸਾਡੀ ਇਹ ਕਮ ਹਰ ਰੋਜ਼ ਆ ਕਮ ਹੈ ਇਹਗਾ ਤੇ ਅਗਰ ਤੁਹਾਡੀ ਪ੍ਰਾਇਮਰੀ ਜੋ ਸੇத் ਦਾ ਚੈੱਕਅਪ ਹੋ ਗਿਆ ਹੈ ਤੇ ਆਮ ਜੋ ਟਰੀਟਮੈਂਟ ਹੁੰਦੀਆਂ ਨੇ ਦਵਾਈਆਂ ਤੇ ਕਾਫੀ ਹੈਗੀਆਂ ਨੇ ਹੁਣ ਤੇ ਪੰਜ ਛੇ ਹੈਗੀਆਂ ਨੇ ਮਾਰਕੀਟ ਵਿੱਚ ਕਾਫੀ ਸੁਣਿਆ ਹੋਣਾ ਹੈ ਵਾਇਗਰਾ ਸੀਐਲਐਸ ਲਵਿਟਰੇ ਕਾਫੀ ਹੈਗੀਆਂ ਨੇ ਤੇ ਸ਼ੁਰੂਆਤ ਇੱਥੋਂ ਹੀ ਹੁੰਦੀ ਹੈ ਠੀਕ ਹੈ ਨਾ ਪਹਿਲੇ ਸੇਤ ਦਾ ਧਿਆਨ ਰੱਖਣਾ ਹੈ ਫਿਰ ਉਸ ਤੋਂ ਬਾਅਦ ਅਸੀਂ ਮੈਡੀਸਿਨ ਬਿਲਕੁਲ ਟਰਾਈ ਕਰਦੇ ਹਾਂ ਜਦੋਂ ਮਤਲਬ ਕੋਈ ਰਿਲੇਸ਼ਨ ਚਾਹੀਦਾ ਤੁਹਾਨੂੰ ਤੇ ਉਹ ਚੀਜ਼ ਹੈਲਪ ਕਰ ਸਕਦੀ ਹੈ ਬਿਲਕੁਲ ਬਿਲਕੁਲ ਤੇ ਉਹ ਇਹ ਇਹ ਦਵਾਈਆਂ ਸੜਕਾਂ ਦੇ ਵੀ ਮਿਲਦੀਆਂ ਨੇ ਪਰ ਇਹ ਗੱਲ ਇਹ ਗੱਲ ਠੀਕ ਨਹੀਂ ਹੈ ਕਿ ਕਿੱਥੋਂ ਕੋਈ ਆਪਣੇ ਦੋਸਤ ਕੋਲੋਂ ਲੈਣੀਆਂ ਨੇ ਜਾਂ ਆਮ ਕਿੱਥੋਂ ਇੰਡੀਆ ਤੋਂ ਮੰਗਵਆਂੀਆਂ ਨੇ ਬਹੁਤ ਡੇਂਜਰਸ ਹੋ ਸਕਦਾ ਹੈ ਡੇਂਜਰਸ ਵੀ ਹੋ ਸਕਦੇ ਨੇ ਕਿਉਂਕਿ ਇਹ ਜੋ ਦਵਾਈਆਂ ਨੇ ਨਾਲ ਹੋਰ ਦਵਾਈਆਂ ਨਾਲ ਵੀ ਇਫੈਕਟ ਆ ਸਕਦਾ ਹੈ ਸਾਈਡ ਇਫੈਕਟ ਹੋ ਸਕਦਾ ਹੈ ਮਿਲਾਵਟ ਵੀ ਹੋ ਸਕਦੀ ਹੈ ਦਵਾਈਆਂ ਦੀ ਮਿਲਾਵਟ ਵੀ ਹੋ ਸਕਦੀ ਹੈ ਇੱਕ ਤੇ ਬੋ ਇੰਪੋਰਟੈਂਟ ਹੈ ਕਿ ਜਿਨ੍ਹਾਂ ਨੂੰ ਹਾਰਟ ਪ੍ਰੋਬਲਮ ਹੁੰਦੀ ਹੈ ਉਹ ਆਮ ਨਾਈਟ੍ਰੇਟ ਲੈਂਦੇ ਨੇ ਆਪਣੇ ਹਾਰਟ ਫਲੋ ਵਾਸਤੇ ਰਾਈਟ ਤੇ ਜੋ ਨਾਈਟ੍ਰਟ ਤੇ ਹੈਗੇ ਨੇ ਉਹ ਵਾਇਗਰਾ ਵਗੈਰਾ ਨਹੀਂ ਲੈ ਸਕਦੇ ਤੇ ਅਗਰ ਤੁਸੀਂ ਲੈ ਵੀ ਲੇਤੀ ਕੀ ਪ੍ਰੋਬਲਮ ਤੁਹਾਡਾ ਬਲੱਡ ਪ੍ਰੈਸ਼ਰ ਗਿਰ ਸਕਦਾ ਹੈ ਤੇ ਬੇਹੋਸ਼ ਹੋ ਸਕਦੇ ਹੈ ਇਹ ਕਾਫੀ ਡੇਂਜਰਸ ਹੋ ਸਕਦਾ ਤੁਹਾਡੇ ਕੋਲ ਆਣਗੇ ਤੇ ਗੱਲ ਕਰਨਗੇ ਤਾਂ ਤੁਸੀਂ ਦੋਸਤ ਦੱਸ ਸਕਦੇ ਹੋ ਠੀਕ ਤਰ੍ਹਾਂ ਦੱਸ ਸਕਦੇ ਹੋ ਲੈਣੀ ਕਿਸ ਤਰ੍ਹਾਂ ਹੈ ਕਿਹੜੀ ਦਵਾਈ ਤੁਹਾਡੇ ਵਾਸਤੇ ਅੱਛੀ ਹੈ ਸੋ ਦੈਟਸ ਰੀਲੀ ਗ੍ਰੇਟ ਯੂ ਨੋ ਬਿਲਕੁਲ ਤੇ ਕਿਹੜੀ ਦਵਾਈ ਤੁਹਾਨੂੰ ਸੂਟ ਕਰੇਗੀ ਹੋਰ ਹੀ ਕਾਫੀ ਜੋ ਚੋਇਸਿਸ ਹੁੰਦੀਆਂ ਨੇ ਇਹ ਅਸੀਂ ਓਪਨਲੀ ਡਿਸਕਸ ਕਰਦੇ ਅਗੇ ਆਂ ਤੇ ਕਦੇ-ਕਦੇ ਇਹ ਦਵਾਈਆਂ ਕੰਮ ਨਹੀਂ ਕਰਦੀਆਂ ਠੀਕ ਹੈ ਨਾ ਤੇ ਚਲੋ ਮੰਨ ਲਓ ਤੁਸੀਂ ਆਪਣੇ ਪ੍ਰਾਇਮਰੀ ਕੇਅਰ ਡਾਕਟਰ ਨਾਲ ਤੁਸੀਂ ਗੱਲ ਕੀਤੀ ਹੈਗੀ ਹੈ ਤੇ ਉਹ ਫੈਮਿਲੀ ਡਾਕਟਰ ਕੇ ਅੰਦਰ ਚਲੋ ਤੁਸੀਂ ਵਾਇਗਰਾ ਚੈੱਕ ਟਰਾਈ ਕਰ ਲਓ ਤੇ ਅਗਰ ਉਹ ਦਵਾਈਆਂ ਨਹੀਂ ਕੰਮ ਕਰਨ ਤੇ ਉਸ ਤੋਂ ਬਾਅਦ ਕੀ ਆਪਸ਼ਨਸ ਹੈਗੇ ਨੇ ਇਹ ਯੂਰੋਲੋਜਿਸ ਬਿਲਕੁਲ ਤੁਹਾਡਾ ਜੋ ਆਦਮੀ ਦਾ ਹੱਲ ਕਰ ਸਕਦਾ ਹੈ ਹੋਰ ਵੀ ਦਵਾਈਆਂ ਹੈਗੇ ਨੇ ਅਸੀਂ ਆਦਮੀ ਹੈਗੇ ਨੇ ਜੋ ਇੰਜੈਕਸ਼ਨਸ ਯੂਜ਼ ਕਰਦੇ ਨੇ ਡਾਇਬੀਟਿਕਸ ਹੈਗੇ ਨੇ ਜਿਹਨੂੰ 슈ਗਰ ਪ੍ਰੋਬਲਮ ਹੈਗੀ ਹੈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈਗੀ ਹੈ ਉਸ ਤੋਂ ਇਲਾਵਾ ਸਰਜਰੀ ਵੀ ਕਰਦੇ ਆਗੇ ठीक वास्ते, सो ए एडवांटेज हैगी है कि जो देखना, करना कि जो देखना, करना शुरू तो तुसी करोगे मेक्स एवरीथिंग और मैं एक चीज़ गल करना चाहनी दे बारे क्योंकि एक चीज़ जो आई थिंक बहुत सारे लोग ने जो इथे अमेरिका च रहंदे ने और नु पता है कि हेल्थ इंश्योरेंस और अ, मेडिकल केयर कितना के महंगा है और को इंश्योरेंस नहीं है लेकिन मैं चीज بولاں گی کہ اگر ਤੁਸੀਂ ਗੱਡੀ ਤੇ ਪੈਸਾ ਖਰਚ ਰਹੇ ਹੋ ਜਾਂ ਤੁਸੀਂ ਇੱਕ ਜੁਐਲਰੀ ਲੈ ਰਹੇ ਹੋ ਤੇ ਤੁਸੀਂ ਆਪਣੇ ਹੈਲਥ ਤੇ ਵੀ ਥੋੜਾ ਪੈਸਾ ਖਰਚ ਕਰ ਸਕਦੇ ਹੋ اور سب ਤੋਂ اچھی ਗੱਲ ਹੈ ਕਿ اگر ਤੁਸੀਂ ਆਪਣੀ ਕਮਿਊਨਿਟੀ ਚ ਜਾਓਗੇ ਨਾ ਤੇ ਬਹੁਤ سارے ایسے ਡਾਕਟਰਸ ਨੇ ਜੋ ਤੁਹਾਨੂੰ ਗਾਈਡੈਂਸ ਦੇ ਸਕਦੇ ਨੇ پیمنٹ پلان کرا ਸਕਦੇ ਨੇ ਥੋੜਾ ਬਹੁਤ ਸਲਾਈਡਿੰਗ ਸਕੇਲ ਤੇ ਵੀ ਕਦੀ ਕਦੀ ਕੰਮ ਮਤਲਬ ਥੋੜਾ ਕਟਾ ਕੇ ਵੀ ਕਦੀ ਕਦੀ ਕਰਦੇ ਨੇ ਆਫਿਸਿਸ ਵਿੱਚ ਕਈ ਆਫਿਸਿਸ ਵਿੱਚ ਸੋ ਮਤਲਬ ਤੁਸੀਂ ਆਪਣੀ ਹੈਲਥ ਪਿੱਛੇ ਰੁਕੋ ਨਾ ਕਿ ਮੇਰੇ ਕੋਲ ਇੰਸ਼ੋਰੈਂਸ ਨਹੀਂ ਹੈ ਮੈਂ ਕੀ ਕਰਾਂ ਕਾਫੀ ਲੋਕ ਮੈਨੂੰ ਪਤਾ ਹੈ ਕਿ ਯੂ ਨੋ ਟੈਕਸੀਜ਼ ਜਾਂ ਰੈਸਟੋਰੈਂਟਸ ਚ ਕੰਮ ਕਰਦੇ ਨੇ ਟੈਕਸੀ ਚਲਾਉਂਦੇ ਨੇ ਤੇ ਤੁਸੀਂ ਕੀ ਕਹੋਗੇ ਕਿਉਂਕਿ ਕਈ ਲੋਕ ਨਹੀਂ ਜਾਂਦੇ ਉਹ ਡਰਦੇ ਨੇ ਉਹ ਜਾਂਦੇ ਹੀ ਨਹੀਂ ਡਾਕਟਰ ਕੋਲ ਦੇਖੋ ਨਾ ਜਿਸ ਤਰ੍ਹਾਂ ਅਸੀਂ ਪ੍ਰੋਵਰਬ ਸੁਨਿਆ ਹੈਗਾ ਹੈ ਇੰਗਲਿਸ਼ ਵਿੱਚ ਕਹਿੰਦੇ ਸਟਿਚ ਇਨ ਟਾਈਮ ਸੇਵਸ 90 ਠੀਕ ਹੈ ਨਾ ਉਹਦਾ ਮਤਲਬ ਹੈ ਤੇ ਜੋ ਬਿਮਾਰੀ ਜਲਦੀ ਫੜ ਸਕੇ ਹੈ ਉਹਦਾ ਇਲਾਜ ਜਲਦੀ ਕਰ ਸਕੇ ਹੈ ਤੇ ਉਹ ਜਿਆਦਾ ਫਿਰ ਪ੍ਰੋਬਲਮ ਅੱਗੇ ਨਹੀਂ ਆਉਂਦੀ ਠੀਕ ਹੈ ਨਾ ਤੇ ਤੇ ਇਹ ਇਹ ਇੰਪੋਰਟੈਂਸ ਹੈ ਕਿ ਜੋ ਸੇਤ ਹੈਗਾ ਜਿਹੜੇ ਪ੍ਰੀਵੈਂਸ਼ਨ ਜ਼ਰੂਰ ਕਰੋ ਪਰ ਸਰ ਕੇਵਰੀ ਪ੍ਰੀਵੈਂਸ਼ਨ ਇਸ ਨਾਟ ਇਨਫ ਸੋ ਉਸ ਤੋਂ ਲਾਵਾ ਇਹ ਜੋ ਟਰੀਟਮੈਂਟ ਹੈ ਜ਼ਰੂਰ ਜ਼ਰੂਰ ਜ਼ਰੂਰਤ ਕਾਫੀ ਹੈ ਔਰ ਮਤਲਬ ਅਗਰ ਕੋਈ ਅਪਾਇੰਟਮੈਂਟ ਬਣਾਣਾ ਚਾਹੁੰਦਾ ਹੈ ਯੂਰੋਲੋਜਿਸ ਨਾਲ ਤੁਹਾਡੇ ਨਾਲ ਜਾਂ ਕਿਸੇ ਹੋਰ ਨਾਲ ਅ ਪ੍ਰੋਸੀਜਰ ਕੀ ਹੁੰਦਾ ਹੈ ਤੁਹਾਡਾ ਤੇ ਇੱਕ ਵੈਬਸਾਈਟ ਹੈ ਜੋ ਤੁਸੀਂ singurology.com ਹੈ ਨਾ ਤੇ ਹੋਰ ਕਿਹੜਾ ਤਰੀਕਾ ਹੈ ਜਿਹੜਾ ਸਾਡੀ ਆਡੀਅנס ਅਗਰ ਕੋਈ ਸਪੈਸ਼ਲੀ ਸਾਡੀ ਆਡੀਅנס ਮੈਂ ਕਹਿੰਨੀ ਆ ਕਿਉਂਕਿ ਮੈਨੂੰ ਪਤਾ ਹੈ ਕਿ ਅਗਰ ਮੈਨੂੰ ਕੋਈ ਫੀਮੇਲ ਇਸ਼ੂ ਹੋਏ ਤੇ ਮੈਂ ਤੇ ਕੋਈ ਲੇਡੀ ਡਾਕਟਰ ਕੋਲ ਹੀ ਜਾਣਾ ਚਾਹੁੰਦੀ ਆ ਜੋ ਮੈਨੂੰ ਸਮਝ ਸਕੇ ਸੋ ਜਿਹੜੇ ਸਾਡੇ ਪੰਜਾਬੀ ਬੋਲਦੇ ਨੇ ਜਾਂ ਸਾਡੇ ਕਲਚਰ ਦੇ ਲੋਕ ਨੇ ਕਈ ਜਿਆਦਾ अच्छा फील कर देने ਤੁਹਾਡੇ ਵਰਗੇ ਡਾਕਟਰ ਕੋਲ ਜਾਣ ਨੂੰ ਜਿਹੜੇ ਆਪਣੇ ਹੋਣ ਸੋ ਕਿਸ ਤਰ੍ਹਾਂ ਇੱਕ ਅਪੁਆਇੰਟਮੈਂਟ ਬਣਾਈ ਜਾਂਦੀ ਹੈ ਦੇਖੋ ਮੈਂ ਆਪਣੇ ਜੋ ਵੈਬਸਾਈਟ ਹੋਣ ਡਿਵੈਲਪ ਕਰਤਾ ਪਿਆਗਾ www.singurology.com ਉਦੇ ਵੈਬਸਾਈਟ ਤੇ ਕਾਫੀ ਇਨਫੋਰਮੇਸ਼ਨ ਆ ਗਈ ਹੈ ਕਿਡਨੀ ਸਟones ਜੋ ਪਿਸ਼ਾਬ ਜਦੋਂ ਛੁੱਟਦਾ ਹੈਗਾ ਲੀਕੇਜ ਇਸ਼ੂਜ਼ ਇਰੇਕਸ਼ਨ ਦੀ ਜਿਸ ਅਸੀਂ ਗੱਲ ਕੀਤੀ ਅੱਜ ਤੇ ਕਾਫੀ ਇਨਫੋਰਮੇਸ਼ਨ ਆ ਗਈ ਹੈ ਤੇ ਮੰਨ ਲਓ ਇੰਗਲਿਸ਼ ਹੈ ਜਗੀਏ ਬਟ ਹੌਲੀ ਹੌਲੀ ਜਿਸ ਤਰ੍ਹਾਂ ਤੁਹਾਡੇ ਟੀਵੀ ਸ਼ੋਅ ਦੇ ਆ ਕੇ ਥੋੜਾ ਇੱਕ ਕਮਿਊਨਿਟੀ ਨੂੰ ਸਪਰੈਡ ਕਰਨਾ ਹੈ ਜੋ ਮੈਸੇਜ ਹੈਗਾ ਕਿ ਇਹ ਅ ਵੈਰੀ ਈਜ਼ੀ ਆਮ ਜੋ ਲਿਸਨਿੰਗ ਆਡੀਅੰਸ ਹੈਗੀ ਹੈ ਜੋ ਦੇਖਦੀ ਪਈ ਹੈ ਅੱਜ ਆ ਮੈਨੂੰ ਕੰਟਾਕਟ ਹੋਇਆ ਹੈ ਨਿਊਯਾਰਕ ਸਿਟੀ ਤੋਂ ਉਸ ਤੋਂ ਇਲਾਵਾ ਜੋ ਇਹ ਐਡਵਾਂਟੇਜ ਹੋਏ ਹਨ ਕੋਵਿਡ ਦਾ ਇੱਕ ਐਡਵਾਂਟੇਜ ਹੋਇਆ ਇਹ ਚੀਜ਼ ਮੈਂ ਤੁਹਾਨੂੰ ਪੁੱਛ ਨਹੀਂ ਸੀ ਟੈਲੀਮੈਡੀਸਨ ਵੀ ਤੁਸੀਂ ਹੁਣ ਕਰ ਰਹੇ ਹੋ ਤੇ ਸਾਨੂੰ ਦੱਸੋ ਕਿ ਉਹ ਕਿਸ ਤਰ੍ਹਾਂ ਮਤਲਬ ਲੋਕ ਫਾਇਦਾ ਉਠਾ ਸਕਕਣ ਉਹਦਾ ਤੇ ਇਹ ਇੱਕ ਫਾਇਦਾ ਹੋਇਆ ਕੋਵਿਡ ਦਾ ਕਿ ਜੈਸਾ ਨਾ ਰੈਸਟ੍ਰਿਕਸ਼ਨਸ ਹੋਈ ਨੇ ਸਪੈਸ਼ਲੀ ਨਿਊਯਾਰਕ ਸਟੇਟ ਵਿੱਚ ਕਿ ਜੋ ਆਮ ਪੇਸ਼ੈਂਟ ਨੂੰ ਡਿਸਕਰੇਜ ਕੀਤਾ ਕਿਤਾ ਜਾਂਦਾ ਹੈ ਕਿ ਡਾਕਟਰ ਦੇ ਆਫਿਸ ਨਾ ਆਓ ਤੇ ਮੈਡੀਕੇਅਰ ਐਂਡ ਜੋ ਪ੍ਰਾਈਵੇਟ ਇੰਸ਼ੋਰੈਂਸ ਨੇ ਉਹਨਾਂ ਨੇ ਪੂਰਾ ਕਵਰ ਕੀਤਾ ਹੈਗਾ ਕਿ ਘਰ ਬੈਠੇ ਆਰਾਮ ਨਾਲ ਜਿਸ ਤਰ੍ਹਾਂ ਕੋਈ ਵੀ ਪਲੈਟਫਾਰਮ ਹੋ ਗਿਆ ਨਾ ਤੁਸੀਂ ਯੂਜ਼ ਕਰਦੇ ਆਗੇ ਵੀਡੀਓ ਕਾਨਫਰencing ਤੇ ਚਾਹੇ ਯਾ ਜ਼ੂਮ ਹੋ ਗਿਆ ਯਾ WhatsApp ਹੋ ਗਿਆ ਤੇ ਤੁਸੀਂ ਘਰ ਬੈਠੇ ਤੁਸੀਂ ਇਹ ਅਵਰਜੀ ਗੱਲਾਂ ਡਿਸਕਸ ਕਰ ਸਕਦੇ ਹੋ ਆਪਣੇ ਡਾਕਟਰ ਨਾਲ ਆਰਾਮ ਨਾਲ ਬਹੁਤ ਹੀ ਅੱਛੀ ਗੱਲ ਹੈ ਰਾਈਟ ਤੇ ਜੇ ਜੋ ਇਹ ਯੂਨੀਕਨੈਸ ਹੈਗੀ ਐਸੀ ਜੋ ਹੈ ਗਿਆ ਜੋ ਇੰਸ਼ੋਰੈਂਸ ਕੰਪਨੀ ਨੇ ਉਹਨਾਂ ਨੇ ਕੋ-ਪੇਮੈਂਟ ਵੀ ਮਾਫ ਕੀਤੀ ਹੋਈਆਂ ਹੈ ਨਾ ਠੀਕ ਹੈ ਨਾ ਸੋ ਇਹ ਬਾਨਾ ਅਸੀਂ ਐਕਸਕਿਊਸਸ ਬਾਨਾ ਲਗਾ ਸਕਦੇ ਕਿ ਡਾਕਟਰ ਨੂੰ ਨਹੀਂ ਦੇਖਣਾ ਪਰ ਹੁੰਤੇ ਕਰਾਉਣਾ ਨਿਕਲਣਾ ਨਹੀਂ ਪੈਂਦਾ ਸਕਦੇ ਹੋ ਤੇ ਅਸੀਂ ਵੀ ਟੈਲੀਮੈਡੀਸਨ ਕਰਦੇ ਪਏ ਹੈ ਗਿਆ ਕਾਫੀ ਬਿਜ਼ੀ ਹੈ ਗਿਆ ਟੈਲੀਮੈਡੀਸਨ ਤੇ ਹਾਂ ਬਿਲਕੁਲ ਤੇ ਚਲੋ ਸਾਰੀ ਗੱਲਾਂ ਟੈਲੀਮੈਡੀਸਨ ਤੇ ਨਹੀਂ ਹੋ ਸਕਦੀਆਂ ਸੋ ਕੋਈ ਚੀਜ਼ ਜਿਹੜੀ ਸੀਰੀਅਸ ਹੈ ਜਾਂ ਜ਼ਰੂਰੀ ਹੈ ਚੈੱਕ ਕਰਾਣੀ ਹੈ ਉਹਦੇ ਤੁਸੀਂ ਬੁਲਾ ਹੀ ਲੋਗੇ ਬਟ ਜਨਰਲੀ ਸ਼ੁਰੂਆਤ ਕਰਨ ਵਾਸਤੇ ਤੁਸੀਂ ਟੈਲੀਮੈਡੀਸਨ ਕਰ ਸਕਦੇ ਹੋ which is really great ਬਿਲਕੁਲ ਔਰ ਆਮ ਸ਼ੋਰ ਕਿ ਜਿੰਨਾ ਕੋਲ ਇੰਸ਼ੋਰੈਂਸ ਨਹੀਂ ਵੀ ਹੈ ਉਹ ਆਫਿਸ ਵੈਬਸਾਈਟ ਤੇ ਜਾ ਕੇ ਜਾਂ ਆਫਿਸ ਨੂੰ ਫੋਨ ਕਰਕੇ ਇੱਕ ਫੀ ਦਾ ਮਤਲਬ ਅਪਾਇੰਟਮੈਂਟ ਫੀ ਵੀ ਪਤਾ ਕਰਾ ਸਕਦੇ ਨੇ ਕਿੱਸਾ ਕਰਨੀ ਹੈ ਅਪਾਇੰਟਮੈਂਟ ਅਸੀਂ ਜੋ ਵੀ ਸਾਡਾ ਮੇਨ ਮਕਸਦ ਹੈਗਾ ਕਿ ਪੇਸ਼ ਨੂੰ ਅਵੇਰਨੈਸ ਦੇਣੀ ਹੈ ਹਾਂਜੀ ਬੜਾ ਠੀਕ ਹੈ ਕੇਅਰ ਦੇਣੀ ਹੈ ਕਿਤੇ ਜੋ ਵੀ ਅਸੀਂ ਬਿਲਕੁਲ ਜਿਸ ਤਰ੍ਹਾਂ ਵੀ ਕੰਪਰੋਮਾਈਜ਼ ਕਰਨਾ ਤਾਂ ਕਰਨਾ ਹੀ ਪਏਗਾ ਦੇਖੋ ਮੈਂ ਇਹ ਸੋਚਦੀਆਂ ਕਿ ਅਗਰ ਮੈਂ ਸੋਚਾਂ ਆਪਣੇ ਰਾਮਾ ਦੇ ਬਾਰੇ ਆਪਣੇ ਡੈਡ ਬਾਰੇ ਆਪਣੇ ਅੰਕਲਸ ਬਾਰੇ ਕਿੰਨਾ ਕਿੰਨਾ ਮਤਲਬ ਹੁੰਦਾ ਹੈ ਕਿ ਉਹ ਸਭ ਸੇਫ ਰਹਿਣ ਠੀਕ ਰਹਿਣ ਹੈਲਥੀ ਰਹਿਣ ਤੇ ਮੈਂ ਇੱਕ ਹੋਰ ਚੀਜ਼ ਮੈਂ ਦੱਸਣਾ ਚਾਹੁੰਨੇ ਆਸ਼ੋ ਦੇ ਉੱਤੇ ਜੋ ਮੇਰੇ ਦਿਲ ਨੂੰ ਬਹੁਤ ਕਰੀਬ ਹੈ ਔਰ ਤਾਈ ਮੈਂ ਤੁਹਾਨੂੰ ਇੱਕ ਹੋਰ ਚੀਜ਼ ਪੁੱਛਣਾ ਚਾਹੁੰਦੀ ਸੀ ਕਿ ਜਿਹੜੇ ਛੋਟੇ ਲੜਕੇ ਨੇ 19 ਸਾਲ 18 ਸਾਲ 18 19 20 ਜਦੋਂ ਮੈਂ ਛੋਟੀ ਸੀ ਤੇ ਮੇਰਾ ਕਜ਼ਨ ਬ੍ਰਦਰ ਜੋ ਸਿਰਫ 19 ਸਾਲ ਦਾ ਸੀ ਉਹ ਉਹਨੂੰ ਉਸ men's area ਵਿੱਚ ਉਹਨੂੰ ਦਰਦ ਹੁੰਦੀ ਸੀ ਉਹਨੂੰ ਇਸ਼ੂ ਹੁੰਦੀ ਸੀ ਉਹ ਕਿਸੇ ਨੂੰ ਦੱਸਦਾ ਨਹੀਂ ਸੀ ਤੇ ਉਹਨੇ ਜਾ ਕੇ ਸੋ ਸੀਵੀਐਸ ਲਾਈਕ ਫਾਰਮੇਸੀ ਤੇ ਜਾ ਕੇ ਉਹਨੇ ਐਵੇਂ ਹੀ ਦਵਾਈਆਂ ਕਰੀਮਾਂ ਲਗਾਨੀਆਂ ਸ਼ੁਰੂ ਕਰਤੀਆਂ ਉਹਨੂੰ ਵਿਚਾਰੇ ਨੂੰ ਸਮਝ ਹੀ ਨਹੀਂ ਆਈ ਔਰ ਉਹ ਸ਼ਰਮਾਂਦਾ ਸੀ ਕਿ ਨਹੀਂ ਮੈਂ ਕਿੰਨੂੰ ਪੁੱਛਾਂਗਾ ਮਾਂ ਪਿਓ ਨੂੰ ਮੈਂ ਥੋੜੀ ਪੁੱਛ ਸਕਦਾ ਉਹਨਾਂ ਨੇ ਤਾਂ ਕੁਝ ਹੋਰ ਹੀ ਸਮਝ ਲੈਣਾ ਹੈ ਉਹ ਵਿਚਾਰੇ ਨੇ ਕਿਸੇ ਨੂੰ ਦੱਸਿਆ ਨਹੀਂ ਦੱਸਿਆ ਨਹੀਂ ਮੀਨੇ ਨਿਕਲ ਗਏ ਔਰ ਉਹ ਅਸਰਾਹੀ ਮਤਲਬ ਸਫਰ ਕਰਦਾ ਰਿਹਾ ਬਾਅਦ ਵਿੱਚ ਜਾ ਕੇ ਪਤਾ ਪਤਾ ਚੱਲਦਾ ਉਹਨੂੰ ਕਿ ਉਹ 4th ਸਟੇਜ ਟੈਸਟਿਕੂਲਰ ਕੈਂਸਰ ਸੀ ਯੂ نو ਤੇ ਉਹ ਮੇਰੀ ਅੱਖਾਂ ਦੇ ਸਾਹਮਣੇ ਉਹਦੀ ਡੈਥ ਹੋਈ ਇੱਕ 19 ਸਾਲ ਦਾ ਮੁੰਡਾ ਸੋ ਇਹ ਚੀਜ਼ ਮੈਂ ਹਰ ਲੜਕੇ ਨੂੰ ਆਪਣੇ ਮੁੰਡਿਆਂ ਨੂੰ ਭਰਾਵਾਂ ਨੂੰ ਬੇਟਿਆਂ ਨੂੰ ਫਾਦਰਜ਼ ਨੂੰ ਅੰਕਲਜ਼ ਨੂੰ ਸਭ ਨੂੰ ਇਹ ਦੱਸਣਾ ਚਾਹੀਦਾ ਇਗਨੋਰ ਨਾ ਕਰੋ ਤੇ ਇਹ ਟੈਸਟਿਕੂਲਰ ਕੈਂਸਰ ਛੋਟੇ ਲੜਕਿਆਂ ਚ ਵੀ ਹੁੰਦਾ ਹੈ ਸੋ ਕਿੰਨਾ ਜ਼ਰੂਰੀ ਹੈ ਕਿ ਅਗਰ ਕੋਈ ਛੋਟਾ ਮੁੰਡਾ ਸਫਰ ਕਰ ਰਿਹਾ ਹੈ ਤੇ ਉਹਨੂੰ ਤੁਸੀਂ ਕੀ ਦੱਸਣਾ ਚਾਹੋਗੇ ਯੂ نو ਸਾਡਾ ਇਹ ਕਦੇ-ਕਦੇ ਪ੍ਰੋਬਲਮ ਨੇ ਕਲਚਰ ਜੋ ਸਾਡਾ ਹੈਗਾ ਹੈ ਇਹੋ ਜੀ ਗੱਲਾਂ ਡਰ-ਡਰ ਕੇ ਐਸੀ ਕਰਦੇ ਆ ਕਿ ਆ ਤੇ ਬਿਲਕੁਲ ਜਿਸ ਤਰ੍ਹਾਂ ਤੁਸੀਂ ਗੱਲ ਕਹੀ ਹੈ ਠੀਕ ਹੈ ਇਹ ਡਾਕਟਰ ਸਾਹਿਬ ਕੇ ਜੋ ਸਾਡੇ ਜੋ ਬੱਚੇ ਹੈਗੇ ਨੇ ਜੋ ਛੋਟੇ ਬੱਚੇ ਹੈਗੇ ਨੇ ਉਹਨਾਂ ਦਾ ਵੀ ਧਿਆਨ ਰੱਖਣਾ ਪੈਂਦਾ ਹੈ ਜੋ ਟੈਸਟਿਕੂਲਰ ਕੈਂਸਰ ਤੁਸੀਂ ਜੀ ਆਪਣੀ ਸਟੋਰੀ ਦੱਸੀ ਹੈਗੀ ਹੈ ਇਹ ਜੋ ਟੈਸਟਿਕੂਲਰ ਕੈਂਸਰ ਹੈ ਬਟ ਜੋ ਮੁੰਡੇ ਛੋਟੇ ਮੁੰਡੇ ਹੁੰਦੇ ਨੇ ਉਹ ਬੇਸਿਕਲੀ 13 ਸਾਲ ਤੋਂ 40 ਸਾਲ ਤੱਕ ਹਾਈ ਰਿਸਕ ਹੁੰਦੇ ਨੇ ਟੈਸਟਿਕੂਲਰ ਕੈਂਸਰ ਦਾ ਤੇ ਟੈਸਟਿਕੂਲਰ ਕੈਂਸਰ ਸਭ ਤੋਂ ਟਰੀਟੇਬਲ ਹੈਗਾ ਪ੍ਰੀਵੈਂਟੇਬਲ ਵੀ ਹੈਗਾ ਕਿਉਂਕਿ ਜਾਨ ਵੀ ਬਚ ਸਕਦੀ ਹੈ ਜੇ ਪਹਿਲਾਂ ਫੜਿਆ ਜਾਏ ਤੇ ਬਿਲਕੁਲ ਤੇ ਉਸ ਤੋਂ ਕਿ ਕਿਸਾ ਪਿਕਅਪ ਕਰਨਾ ਹੈ ਕਿਸਾ ਬਸ ਆਪਣੇ ਜੋ ਛੋਟੇ ਮੁੰਡੇ ਹੈਗੇ ਉਹਨਾਂ ਨੂੰ ਦੱਸਣਾ ਕਿ ਹਰ ਮਹੀਨੇ ਆਪਣਾ ਨਾ ਚੈੱਕਅਪ ਕਰਨ ਆਪਣੇ ਟੈਸਟਿਕਲ ਨੂੰ ਐਗਜ਼ਾਮਨ ਕਰਨ ਆਪੇ ਕਰ ਕਰਨ ਤੇ ਅਗਰ ਨਹੀਂ ਪਤਾ ਕਿਸ ਤਰ੍ਹਾਂ ਕਰਨਾ ਹੈ ਆਪਣੇ ਪੀਡੀਆਟ੍ਰੀਸ਼ਨ ਨੂੰ ਪੁੱਛੋ ਕਿ ਕੀ ਨਾਰਮਲ ਹੈ ਕੀ ਨਹੀਂ ਹੈਗਾ ਤੇ ਜਿਸ ਤਰ੍ਹਾਂ ਤੁਸੀਂ ਕਿਹਾ ਹੈਗਾ ਜੋ ਛੋਟੇ ਬੱਚੇ ਹੁੰਦੇ ਨੇ ਨੰਬਰ 1 ਕੈਂਸਰ ਇਜ਼ ਟੈਸਟਿਕਲ ਕੈਂਸਰ ਇਨ ਜੋ ਯੰਗ ਮੈਨ ਸੋ ਇੱਕ ਹੋਰ ਚੀਜ਼ ਜੋ ਮੈਂ ਸਾਡਾ ਸ਼ੋ ਖਤਮ ਹੋਣ ਨੂੰ ਜਾ ਰਿਹਾ ਸੋ ਮੈਂ ਇੱਕ ਜਲਦੀ ਜਲਦੀ ਇੱਕ ਹੋਰ ਚੀਜ਼ ਦੱਸਣਾ ਚਾਹੁੰਦੀ ਆ ਕਿ ਅਸੀਂ ਇਸ ਟਾਪਿਕ ਨੂੰ ਬਹੁਤ ਇੱਕ ਇੱਜ਼ਤਦਾਰ ਤਰੀਕੇ ਨਾਲ ਇੱਕ ਫੈਮਿਲੀ ਤਰੀਕੇ ਨਾਲ ਕਿਉਂਕਿ ਅਸੀਂ ਇੱਕ ਪੰਜਾਬੀ ਔਰ ਫੈਮਿਲੀ ਚੈਨਲ ਹੈਗੇ ਆ ਅਮ ਸਾਨੂੰ ਪਤਾ ਹੀ ਹੈ ਕਿ ਇੱਕ ਨਾਰਮਲ ਪਾਰਟ ਆਫ ਲਾਈਫ ਹੈ ਕਿ ਸਾਡੇ ਕਈ ਬੱਚੇ ਯੂ ਨੋ ਵਿਆਹ ਤੋਂ ਪਹਿਲਾਂ ਜਾਂ ਛੋਟੀ ਉਮਰ ਚ ਕਈ ਚੀਜ਼ਾਂ ਕਰਦੇ ਵੀ ਨੇ ਉਹਨਾਂ ਨੂੰ ਵੀ ਮੇਰੇ ਖਿਆਲ ਨਾਲ ਇੱਕ ਸੇਫਟੀ ਅਵੇਅਰਨੈਸ ਔਰ ਹੈਲਥ ਦੇ ਬਾਰੇ ਕਿ ਉਹਨਾਂ ਨੂੰ ਕੋਈ ਬਿਮਾਰੀ ਨਾ ਲੱਗੇ ਕੋਈ ਪ੍ਰੋਬਲਮ ਨਾ ਆਏ ਐ ਚੀਜ਼ ਦੇ ਵਾਸਤੇ ਤੁਸੀਂ ਇੱਕ ਸਪੈਸ਼ਲ ਡਾਕਟਰ ਹੋ ਤੇ ਬਹੁਤ ਜ਼ਰੂਰੀ ਹੈ ਸਾਡੀ ਕਮਿਊਨਿਟੀ ਨੂੰ ਸੇਫ ਰੱਖਣਾ ਸੋ ਅਸੀਂ ਬਹੁਤ ਹੀ ਥੈਂਕ ਯੂ ਕਰਾਂਗੇ ਤੁਹਾਡਾ ਕਿਉਂਕਿ ਤੁਸੀਂ ਆ ਕੇ ਸਾਡੇ ਵਿਊਅਰਸ ਨੂੰ ਕਿੰਨਾ ਅੱਛਾ ਮਤਲਬ ਗਾਈਡੈਂਸ ਦੇ ਰਹੇ ਹੋ ਤੇ ਅਸੀਂ ਬਹੁਤ ਥੈਂਕ ਯੂ ਟੂ ਜਸ ਪੰਜਾਬੀ ਐਂਡ ਯੂ ਡਾਕਟਰ ਸਿੰਘ ਐਂਡ ਅਗੇਨ ਇਨਾਂ ਦੀ ਵੈਬਸਾਈਟ ਤੇ ਤੁਸੀਂ ਜਾ ਸਕਦੇ ਹੋ www.singsinhurology.com and menu to see mere instagram bibasingh facebook bibasingh uh, snapchat bibasingh and of course just punjabi channel te bhi menu dekh sakte ho thank you so much tanu sab nu bahut bahut pyar